ਸਰਮ ਸਤਿਕਾਰ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ, ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ, ਡੈਲੀਗੇਟ ਸਾਹਿਬਾਨ, ਸਾਰਿਆਂ ਨੂੰ ਫਤਿਹ ਅਰਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਤਾਂ ਪ੍ਰਧਾਨ ਜੀ ਦੇ ਤੀਸਰੀ ਵਾਰ ਚੁਣੇ ਜਾਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ। ਔਰ ਉਹਨਾਂ ਦੇ ਪਹਿਲਾਂ ਦੋ ਵਾਰ ਪ੍ਰਧਾਨ ਰਹਿਣ ਤੇ ਜੋ ਪੰਜਾਬ ਦੇ ਮਸਲੇ ਉਹਨਾਂ ਨੇ ਹੱਲ ਕੀਤੇ ਹੈ, ਜਿੰਨੀ ਪੰਜਾਬ ਦੀ ਡਿਵੈਲਪਮੈਂਟ ਕੀਤੀ ਹੈ ਇਸ ਤੋਂ ਪਹਿਲਾਂ ਕਦੇ ਹੋਈ ਨਹੀਂ ਹੈ। ਜਿੱਥੇ ਮੈਂ ਪ੍ਰਧਾਨ ਜੀ ਦੀ ਗੱਲ ਕਰਦਾ ਉੱਥੇ ਬੀਬਾ ਜੀ ਦੀ ਗੱਲ ਕਹੇ ਬਗੈਰ ਨਹੀਂ ਰਹਿ ਸਕਦਾ। ਉਹਨਾਂ ਨੇ ਵੀ ਸੈਂਟਰ ਦੇ ਵਿੱਚ ਸਾਡੇ ਬਹੁਤ ਵੱਡੇ ਵੱਡੇ ਮਸਲੇ, ਮਿਸਾਲ ਦੇ ਤੌਰ 'ਤੇ 84 ਦੇ ਕਤਲਿਆਂ ਦੇ ਦੁਬਾਰਾ ਕੇਸ ਕਰਵਾ ਕੇ ਜਿਹੜੇ ਉਹਨਾਂ ਦੇ ਦੋਸ਼ੀ ਸੀ ਉਹਨਾਂ ਨੂੰ ਸਜ਼ਾ ਵੀ ਦਵਾਈਆਂ ਔਰ ਬਾਕੀਆਂ ਦੇ ਜਿਹੜੇ ਕੇਸ ਹੈ ਉਹ ਵੀ ਖੁਲਵਾਏ। ਇੱਥੇ ਨਹੀਂ, ਕਰਤਾਰਪੁਰ ਸਾਹਿਬ ਦਾ ਲਾਂਘਾ ਬੜੀ ਦੇਰ ਤੋਂ ਸਿੱਖਾਂ ਦਾ ਮਸਲਾ ਸੀ, ਉਹਦੇ ਵਿੱਚ ਵੀ ਬੀਬਾ ਜੀ ਦਾ ਬਹੁਤ ਵੱਡਾ ਯੋਗਦਾਨ। ਇਸੇ ਤਰ੍ਹਾਂ ਕੈਂਸਰ ਪੀੜਿਤ ਇਲਾਕਾ ਪੰਜਾਬ ਦਾ ਸਾਡਾ, ਖਾਸ ਤੌਰ 'ਤੇ ਬਠਿੰਡਾ, ਮੁਕਤਸਰ, ਮਾਨਸਾ, ਉਹਦੇ ਵਾਸਤੇ ਵੀ ਜੋ ਏਮਜ਼ ਹੋਸਪਿਟਲ ਬੀਬਾ ਜੀ ਲੈ ਕੇ ਆਏ ਹੈ, ਮੈਂ ਉਹਨਾਂ ਦਾ ਵੀ ਇੱਥੇ ਜ਼ਿਕਰ ਜ਼ਰੂਰ ਕਰੂੰਗਾ। ਉਹਨਾਂ ਨੂੰ ਵੀ ਇਸ ਗੱਲ ਦਾ ਸਿਹਰਾ ਉਹਨਾਂ 'ਤੇ ਜਾਂਦਾ। ਖਾਲਸਾ ਜੀ, ਜਿਹੜਾ ਮਤਾ ਮੈਂ ਅੱਜ ਪੇਸ਼ ਕਰਨ ਜਾ ਰਿਹਾ ਇਹ ਹੈ ਪਾਣੀਆਂ ਦਾ। ਪਾਣੀ ਜਿਹੜਾ ਸਾਡੇ ਦਰਿਆਈ ਪਾਣੀ ਜਿਹੜੇ ਹੈ ਉਹਨਾਂ 'ਤੇ ਜਿੱਥੇ ਕਾਂਗਰਸ ਪਾਰਟੀ ਨੇ ਪੰਜਾਬ ਨਾਲ ਬਹੁਤ ਵੱਡੇ ਵੱਡੇ ਧੱਕੇ ਕੀਤੇ ਹੈ, ਉੱਥੇ ਪਾਣੀਆਂ ਦੀ ਵੰਡ ਦੇ ਵਿੱਚ ਵੀ ਸਾਡੇ ਨਾਲ ਬਹੁਤ ਵੱਡੇ ਧੱਕੇ ਹੋਏ। ਮੈਂ ਇਹ ਕਹਿ ਲਵਾਂ ਕਿ ਸਿਰਫ ਤੇ ਸਿਰਫ 27% ਜਿਹੜਾ ਰਕਬਾ ਹੈ ਉਹ ਅਸੀਂ ਨਹਿਰੀ ਪਾਣੀ ਨਾਲ ਸਿੰਜਦੇ ਹਾਂ, 73% ਰਕਬਾ ਅਸੀਂ ਟਿਊਬਵੈੱਲਾਂ ਦੇ ਰਾਹੀਂ ਜਿਹੜੇ ਹੈ ਉਹ ਸਿੰਚਾਈ ਕਰਦੇ ਹਾਂ, ਜਿਹੜਾ ਕਿ ਸਾਡਾ ਪਾਣੀ ਬਹੁਤ ਥੱਲੇ ਚਲਿਆ ਗਿਆ ਅਤੇ ਉਹ ਕਿਸੇ ਵੇਲੇ ਖਤਮ ਵੀ ਹੋ ਸਕਦਾ। ਸੋ ਇਹ ਬਹੁਤ ਅਹਿਮ ਮਸਲਾ ਹੈ, ਇਸ 'ਤੇ ਕਾਂਗਰਸ ਪਾਰਟੀ ਨੇ ਸਾਡੇ ਨਾਲ ਬਹੁਤ ਵੱਡਾ ਧੱਕਾ ਕੀਤਾ। ਅਸੀਂ ਰਿਪੇਰੀਅਨ ਹੈ ਔਰ ਰਿਪੇਰੀਅਨ ਲਾਅ ਨੂੰ ਅੱਖੋਂ ਪਰੋਲੇ ਕਰਕੇ ਇਹਨਾਂ ਲੋਕਾਂ ਨੇ ਸਾਡੇ ਨਾਲ ਧੋਖਾ ਕੀਤਾ। ਸੋ ਅੱਜ ਦੀ ਇਹ ਇਕੱਤਰਤਾ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਉੱਤੇ ਕੇਂਦਰ ਨੂੰ ਫੈਸਲਾ ਕੇਵਲ ਅਤੇ ਕੇਵਲ ਰਿਪੇਰੀਅਨ ਅਸੂਲ ਦੇ ਆਧਾਰ 'ਤੇ ਹੀ ਕੀਤਾ ਜਾਵੇ। ਇਹ ਅਸੂਲ ਨੂੰ ਕੇਵਲ ਪੰਜਾਬ ਵਿੱਚ ਹੀ ਭੰਗ ਕੀਤਾ ਗਿਆ ਹੈ ਜੋ ਪੰਜਾਬੀਆਂ ਨੂੰ ਕਤਾਹੀ ਮਨਜ਼ੂਰ ਨਹੀਂ ਹੈ। ਇਹ ਇਕੱਤਰਤਾ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਉੱਤੇ ਕਾਂਗਰਸ ਦੀ ਕੇਂਦਰ ਅਤੇ ਸੂਬਾਈ ਸਰਕਾਰਾਂ ਵੱਲੋਂ ਕੀਤੇ ਸਾਰੇ ਫੈਸਲਿਆਂ ਦੇ ਸਮਝੌਤਿਆਂ ਨੂੰ ਮੂਲੋਂ ਰੱਦ ਕਰਦੀ ਹੈ। ਇਹਨਾਂ ਵਿੱਚੋਂ ਕੋਈ ਵੀ ਸਮਝੌਤਾ ਪੰਜਾਬ ਵਿਧਾਨ ਸਭਾ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ। ਇਹ ਇਕੱਤਰਤਾ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਨਵੇਂ ਸਿਰਿਆਂ ਤੋਂ ਕੇਵਲ ਅਤੇ ਕੇਵਲ ਰਿਪੇਰੀਅਨ ਸਿਧਾਂਤ ਦੇ ਆਧਾਰ 'ਤੇ ਰੱਦ ਕੀਤੇ ਜਾਣ। ਇਸ ਤੋਂ ਬਿਨਾਂ ਇਸ ਦਾ ਹੋਰ ਕੋਈ ਵੀ ਫੈਸਲਾ ਪੰਜਾਬ ਨੂੰ ਅਤੇ ਪੰਜਾਬੀਆਂ ਨੂੰ ਕਦੇ ਵੀ ਮਨਜ਼ੂਰ ਨਹੀਂ ਹੋਵੇਗਾ। ਅਤੇ ਸ਼੍ਰੋਮਣੀ ਅਕਾਲੀ ਦਲ ਅਜਿਹੇ ਕਿਸੇ ਵੀ ਫੈਸਲੇ ਦਾ ਡੱਟ ਕੇ ਵਿਰੋਧ ਕਰੇਗਾ। ਇਹ ਇਕੱਤਰਤਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਖ਼ਤ ਤਾਕੀਦ ਕਰਦੀ ਹੈ ਕਿ ਉਹ ਰਿਪੇਰੀਅਨ ਅਸੂਲ ਨਾਲ ਛੇੜਛਾੜ ਕਰਕੇ ਕੋਈ ਵੀ ਫੈਸਲਾ ਨਾ ਲਵੇ, ਨਹੀਂ ਤਾਂ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕਰਨ ਲਈ ਉਸਨੂੰ ਪੰਜਾਬੀਆਂ ਦੇ ਰੋਹ ਦਾ
ਸਾਹਮਣਾ ਕਰਨਾ ਪਵੇਗਾ। ਸੋ ਇਸ ਮਤੇ ਦੀ ਮੈਂ ਪ੍ਰਵਾਨਗੀ ਕਰਨਾ ਪ੍ਰਵਾਨਗੀ ਮੰਨਦਾ। ਬੋਲੋ ਸੋ ਰਿਹਾ, ਵਾਹਿਗੁਰੂ ਜੀ ਕਾ ਖਾਲਸਾ।